ਮਾਨ ਰਹੀਮ ਅਸਲਾਮ ਅਲੈਕੁਮ ਰੌਕ ਫਾਰਮੀ ਯੂਟਿਊਬ ਫੇਸਬੁੱਕ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਸੱਜਣਾਂ ਨੂੰ ਇੱਕ ਵਾਰੀ ਫਿਰ ਖੁਸ਼ਾਮਦੀਦ ਕਹਿੰਦੇ ਹਾਂ। ਚੌਕ ਆਜ਼ਮ ਦੀ ਬੱਕਰਾ ਮੰਡੀ ਬਰੋਜ਼ ਵੰਗਲੇ ਮੰਡੀ ਲੱਗਦੀ ਹੈ, ਜ਼ਿਲ੍ਹਾ ਲਈਆ, ਜਨੂਬੀ ਪੰਜਾਬ, ਪਾਕਿਸਤਾਨ ਜੀ। ਅੱਜ ਦੀ ਤਾਜ਼ਾ ਅਪਡੇਟ ਅਕਤੂਬਰ 2024 ਦੀ, ਮਾਸ਼ਾਅੱਲਾ ਕੁਰਬਾਨੀ 2025 ਵਾਸਤੇ ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ ਲਾਜ਼ਮੀ ਵਿਜ਼ਿਟ ਕਰੋ ਚੌਕ ਆਜ਼ਮ ਦੀ ਮੰਡੀ ਦਾ। ਮਾਸ਼ਾਅੱਲਾ ਜੀ ਸਸਤੇ ਬੱਕਰੇ ਕੁਰਬਾਨੀ ਵਾਸਤੇ, ਮਾਸ਼ਾਅੱਲਾ ਜੀ ਖੀਰੇ ਦੁੰਦੇ ਬੱਕਰੇ ਜੀ। ਆ ਗਿਆ ਜ਼ੈਦ ਅਸਲਮ ਇੱਕ ਵਾਰੀ ਫਿਰ ਕਾਫੀ ਦੇਰ ਤੋਂ ਬਾਅਦ। ਅੱਜ ਮੌਸਮ ਵੀ ਠੰਡਾ ਮਿੱਠਾ ਹੈ, ਸੂਰਤ ਹਾਲ ਸਰਦੀਆਂ ਸ਼ੁਰੂ ਹੋ ਗਈਆਂ, ਕੁਰਬਾਨੀ ਨੂੰ ਮਹੀਨੇ ਰਹਿ ਗਏ ਨੇ ਤੇ 6 ਤੋਂ 7 ਮਹੀਨੇ ਰਹਿ ਗਏ ਨੇ। ਮਾਸ਼ਾਅੱਲਾ ਜੀ ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ ਵਿਜ਼ਿਟ ਲਾਜ਼ਮੀ ਕਰੋਗੇ। ਮਾਸ਼ਾਅੱਲਾ ਜ਼ੈਦ ਕੀ ਸੂਰਤ ਹਾਲ ਹੈ, ਅੱਜ ਕੀ ਡਿਮਾਂਡ ਕੀਤੀ ਹੈ ਬਈ ਪੁੱਠਿਆਂ ਦੀ? 50,000 ਰੁਪਈਆ ਡਿਮਾਂਡ ਕੀਤੀ ਹੈ ਜਨਾਬ ਖੀਰੇ ਬੱਕਰਿਆਂ ਦੀ। ਫਾਈਨਲ 45,000 ਰੁਪਈਆ ਡਿਮਾਂਡ ਹੈ ਬਈ, ਫਾਈਨਲ 45,000 ਰੁਪਈਆ ਡਿਮਾਂਡ ਹੈ ਖੀਰੇ ਬੱਕਰਿਆਂ ਦੀ। ਮਾਸ਼ਾਅੱਲਾ ਜੀ ਜ਼ੈਦ ਕੋਲ ਖੂਬਸੂਰਤ ਤੋਹਫ਼ੇ ਇੱਕ ਵਾਰੀ ਫਿਰ ਚੌਕ ਆਜ਼ਮ ਦੀ ਮੰਡੀ ਦੇ, MM ਰੋਡ ਮੁਜ਼ੱਫਰਗੜ੍ਹ, ਮੀਆਂਵਾਲੀ ਮੇਨ ਰੋਡ, ਚੌਕ ਆਜ਼ਮ ਸਿਟੀ ਹੈ ਜੀ। ਮਾਸ਼ਾਅੱਲਾ ਜੀ ਆਓ ਸਰ ਅੱਗੇ ਚੱਲਦੇ ਹਾਂ ਜੀ, ਹੋਰ ਲਾਟਾਂ ਚੈੱਕ ਕਰਾਉਂਦੇ ਹਾਂ ਤੁਹਾਨੂੰ ਕੀ ਸੂਰਤ ਹਾਲ ਹੈ ਬਾਕੀ ਮੰਡੀ ਦੀ ਵੀ। ਹਾਂ ਬਈ ਸੱਜਣ, ਅੱਜ ਕੀ ਪੁੱਠੇ ਦੀ ਡਿਮਾਂਡ ਕੀਤੀ ਹੈ ਬਈ? 35,000 ਲੈ ਬਈ, ਲੁੱਟ ਲਓ ਮੌਜਾਂ, ਸੇਲ ਲੱਗ ਗਈ, ਮੇਲਾ ਲੱਗ ਗਿਆ। ਅੱਜ 35,000 ਰੁਪਈਆ ਖੀਰੇ ਬੱਕਰਿਆਂ ਦੀ ਡਿਮਾਂਡ ਹੈ, 35,000 ਰੁਪਈਆ। ਮਾਸ਼ਾਅੱਲਾ ਜੀ ਆਓ ਜੀ, ਇਹ ਤੀਸਰੇ ਨੰਬਰ ਵਾਲੀ ਲਾਟ ਦਾ ਮੁੱਲ ਪੁੱਛਦੇ ਹਾਂ ਬਈ। ਮਾਸ਼ਾਅੱਲਾ ਜੀ ਜੀ ਲਾਲਾ, 55,000 ਰੁਪਈਆ ਡਿਮਾਂਡ ਕੀਤੀ। ਮਾਸ਼ਾਅੱਲਾ ਜੀ 55,000 ਰੁਪਈਆ। ਮਾਸ਼ਾਅੱਲਾ ਜੀ ਜੇ ਪਹਿਲਵਾਨ, ਅੱਜ ਤਾਂ ਬਈ ਗੁਲਾਬੀ ਗੁਲਾਬੀ ਇਹਨਾਂ ਕੋ ਗਾਨੀਆਂ ਪਾਤੀ ਵਧਾ। ਮਾਸ਼ਾਅੱਲਾ ਖੀਰੇ ਬੱਕਰੇ ਨੇ ਸਾਰੇ ਬਈ, ਸਾਰੇ ਖੀਰੇ ਬੱਕਰੇ ਨੇ ਕਿਹੜੀ ਡਿਮਾਂਡ ਕੀਤੀ ਅੱਜ ਬਈ? 55,000 ਰੁਪਈਆ ਬਈ ਅੱਜ ਬੱਕਰਿਆਂ ਦੀ ਡਿਮਾਂਡ ਕੀਤੀ ਨੇ ਸਾਰੇ ਬੱਕਰੇ ਨੇ। ਮਾਸ਼ਾਅੱਲਾ ਖੀਰੇ ਕੁਰਬਾਨੀ 2025 ਵਾਸਤੇ। ਮਾਸ਼ਾਅੱਲਾ ਜੀ ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕਰਨੀ ਹੈ ਲਾਜ਼ਮੀ ਵਿਜ਼ਿਟ ਕਰੇ ਸੋ। ਮਾਸ਼ਾਅੱਲਾ ਜੀ ਮਾਸ਼ਾਅੱਲਾ ਖੀਰੇ ਬੱਕਰੇ ਵਜ਼ਨ ਹੀ ਸੋਹਣਾ, ਮਾਸ਼ਾਅੱਲਾ ਲੰਮੀ ਵੇਲ ਵਾਲੇ ਆਓ ਜੀ। ਮਾਸ਼ਾਅੱਲਾ ਇਹ ਜੀ ਚੌਥੇ ਨੰਬਰ ਵਾਲੀ ਲਾਟ, ਇਹ ਚੈੱਕ ਕਰੋ ਲੰਮੀਆਂ ਵੇਲਾਂ ਨਾਲ, ਰਾਜਨਪੁਰੀ, ਮੁਹੰਮਦਪੁਰੀ, ਜਾਮਪੁਰੀ ਕੁਰਬਾਨੀ ਵਾਲੇ ਖੂਬਸੂਰਤ ਬੱਕਰੇ ਬਈ, ਖੂਬਸੂਰਤ ਤੋਹਫ਼ੇ। ਇਹ ਕਿਹੜੀ ਡਿਮਾਂਡ ਕੀਤੀ ਅੱਜ ਬਈ ਸੱਜਣ? 60,000 ਰੁਪਈਆ ਅੱਜ ਡਿਮਾਂਡ ਕੀਤੀ ਹੈ। ਫਾਈਨਲ ਹੈ ਕੋਈ ਅੱਜ 45,000 ਜਾਂ ਕੋਈ ਨਹੀਂ? 55,000 ਅੱਜ ਤਾਂ ਕੰਮ ਤੇਜ਼ ਕੀਤੀ ਖੜੇ ਹੋ ਬਾਤ ਹੈ, ਅੱਜ ਕੰਮ ਤੇਜ਼ ਕੀਤੀ ਖੜੇ ਹੋ। ਮਾਸ਼ਾਅੱਲਾ ਜੀ ਇਹ ਚੌਕ ਆ ਜਾਂਦੇ ਮੰਡੀ ਦੀ ਸੂਰਤ ਹਾਲ ਹੈ ਬਈ। ਮਾਸ਼ਾਅੱਲਾ ਜੀ ਮਾਸ਼ਾਅੱਲਾ ਆ ਬਈ ਸੱਜਣ, ਬੱਕਰਿਆਂ ਦੀ ਡਿਮਾਂਡ ਕੀ ਕੀਤੀ ਅੱਜ ਬਈ? ਮੈਂ ਤਾਂ ਵੀ ਕੀ ਪੁੱਠਾ ਮੰਗਿਆ ਅੱਜ ਬਈ? 55,000 ਰੁਪਈਆ ਬਈ, ਬੱਕਰੇ ਚੈੱਕ ਕਰੋ, 55,000 ਰੁਪਈਆ ਸੱਜਣ ਨੇ ਮੰਗਿਆ ਬਈ, 55,000 ਰੁਪਈਆ ਬਈ ਖੀਰੇ ਬੱਕਰੇ ਨੇ ਖੀਰੇ। ਚੱਲ ਹਰੀਏ ਲਓ ਬਈ ਸੱਜਣ, ਅੱਗੇ ਜਾ ਰਹੇ ਹਾਂ, ਵੱਡੇ ਬੱਕਰੇ ਤੁਹਾਨੂੰ ਦਿਖਾਉਂਦੇ ਹਾਂ। ਮਾਸ਼ਾਅੱਲਾ ਜੀ ਉਹਨਾਂ ਦੀ ਕੀ ਸੂਰਤ ਹਾਲ ਹੈ, ਕੁਰਬਾਨੀ ਦੀ ਖਰੀਦਦਾਰੀ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਨਹੀਂ ਕੀਤੀ, ਹੁਣ ਸੀਜ਼ਨ ਸਟਾਰਟ ਹੋਣ ਵਾਲਾ ਹੈ, ਮੌਸਮ ਵੀ ਠੰਡਾ ਮਿੱਠਾ ਹੋ ਗਿਆ, ਬਾਰਿਸ਼ਾਂ ਲੱਗ ਗਈਆਂ ਨੇ, ਝੜੀਆਂ ਲੱਗ ਗਈਆਂ ਨੇ, ਹੁਣ ਇਨਸ਼ਾਅੱਲਾ ਗਰਮੀ ਦਾ ਦੌਰ ਟੁੱਟ ਗਿਆ। ਹੁਣ ਇਸ ਮੌਸਮ ਦੇ ਵਿੱਚ ਜਾਨਵਰ ਵੀ ਖੁੱਲ੍ਹ ਕੇ ਤਰ੍ਹਾਂ ਖੁਸ਼ਬਾਸ਼ ਹੋ ਕੇ ਚਾਰਾ ਵਗੈਰਾ ਖਾਣਗੇ, ਖੁਸ਼ਬਾਸ਼ ਰਹਿਣਗੇ, ਫੱਲਣਗੇ ਫੁੱਲਣਗੇ। ਮਾਸ਼ਾਅੱਲਾ ਜੀ ਇਹ ਵੱਡੇ ਬੱਕਰੇ ਨੇ ਸੋਹਣੇ ਤੋਹਫ਼ੇ। ਇਹ ਕਿੰਨੇ ਕਿੰਨੇ ਦਾ ਅੱਜ ਬਈ ਪੁੱਠਾ ਲਾਇਆ ਬਈ ਸੱਜਣ? 1,10,000 ਰੁਪਈਆ ਪੁੱਠੇ ਦੀ ਡਿਮਾਂਡ ਕੀਤੀ ਹੈ। ਵੱਡੇ ਬੱਕਰੇ ਚੌਗੇ ਆ ਦੁੰਦੇ ਆ? ਦੁੰਦੇ। ਮਾਸ਼ਾਅੱਲਾ ਜੀ ਬਹੁਤ ਬੱਕਰੇ ਨੇ ਹਾਲੇ, ਇਹਨ ਆਂਡੀ ਨਾ ਆਂਡੀ ਖੱਸੀ ਕੋਈ ਨਹੀਂ। ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਅੱਜ ਲਾਟਾਂ ਦੀਆਂ ਲਾਟਾਂ ਸੇਲ ਹੋ ਰਹੀਆਂ ਨੇ ਵੀ। ਮਾਸ਼ਾਅੱਲਾ ਜੀ ਕਿਵੇਂ ਅੱਜ ਪੁੱਠਾ ਮੰਗਾ ਬਈ? ਸਸਤਾ ਕਿਵੇਂ? 52,000 ਤੋਂ ਅੱਜ ਮਾਸ਼ਾਅੱਲਾ ਦਣ ਰਾਣਾ ਖੀਰੇ ਨੇ ਖੀਰੇ ਖੀਰੇ ਮਾਸ਼ਾਅੱਲਾ ਤੋਹਫ਼ੇ ਅੱਜ ਮਾਸ਼ਾਅੱਲਾ ਲੈ ਕੇ ਜ਼ਿੰਦਾਬਾਦ। ਮਾਸ਼ਾਅੱਲਾ ਜੀ ਬਹੁਤ ਸ਼ੁਕਰੀਆ। ਹਾਂ ਉਹ ਪਿੱਛੇ ਕਿਤੇ ਭੱਜ ਗਏ ਇੰਤੇ ਆ ਪਰਾ
ਬੜਾ ਇੰਤਿਆ ਇੰਤਿਆ ਮਾਸ਼ਾਅੱਲਾ ਬਈ ਲਾਟ ਤੇੜੇ ਵਾਲੀ ਹੈ ਇਹਨਾਂ ਦਾ ਕੀ ਮੰਗਿਆ ਅੱਜ ਬਈ ਪੁੱਠੇ ਦਾ ਬਈ ਬੱਤਰੀ ਬੱਤਰੀ ਹਜ਼ਾਰ ਰੁਪਈਆ ਬਈ ਬੱਤਰੀ ਬੱਤਰੀ ਹਜ਼ਾਰ ਰੁਪਈਆ ਮਾਸ਼ਾਅੱਲਾ ਅਮਾਨ ਅਮਾਨ ਖੈਰ ਹੋਵੇ ਮਾਸ਼ਾਅੱਲਾ ਜੀ ਆਓ ਸਰ ਨਵੇਂ ਆਉਣ ਵਾਲੇ ਸੱਜਣ ਮਿੱਤਰ ਚੈਨਲ ਨੂੰ ਫਾਲੋ ਕਰੋ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਲਾਜ਼ਮੀ ਕਰਿਆ ਕਰੋ ਜਨਾਬ ਮਾਸ਼ਾਅੱਲਾ ਜੀ ਹਾਂ ਬਈ ਸੱਜਣ ਅੱਜ ਕਿਤਨੇ ਦਾ ਪੁੱਠਾ ਪਾਇਆ ਬਈ 38 38 ਹਜ਼ਾਰ ਰੁਪਈਆ ਮੈਂ ਇਹਦਾ 20 20 ਹਜ਼ਾਰ ਲੈ ਤੇ ਵੇਚ ਦੇ ਬਰਬਰ ਹੈਂ ਨਹੀਂ ਵੇਚਦਾ ਬਈ 20 20 ਹਜ਼ਾਰ ਦੀ ਨਹੀਂ ਵੇਚਦਾ 38 38 ਹਜ਼ਾਰ ਰੁਪਈਆ ਡਿਮਾਂਡ ਹੈ ਬਈ 38 38 ਹਜ਼ਾਰ ਰੁਪਈਆ ਡਿਮਾਂਡ ਕੀਤਾ ਖੀਰੇ ਬੱਕਰੇ ਨੂੰ ਮਾਸ਼ਾਅੱਲਾ ਆ ਬਈ ਸੱਜਣ ਕੀ ਸੂਰਤ ਹਾਲ ਹੈ ਬਈ ਅੱਜ ਬੱਕਰਿਆਂ ਦੀ ਇਹ 50 ਰੁਪਈਏ ਪਲੇਟ ਪੂਰੀ ਮੰਡੀ 'ਚ ਵੱਜਦਾ ਪਿਆ ਅੱਜ ਬਈ ਕੰਨ 'ਚ ਵੱਜਦਾ ਕੰਨ 'ਚ ਕੀ ਅੱਜ ਪੁੱਠੇ ਦੀ ਡਿਮਾਂਡ ਕੀਤੀ ਹੈ ਬਈ ਰਾਜਨਪੁਰੇ 40 ਹਜ਼ਾਰ ਪੁੱਠਾ 40 ਹਜ਼ਾਰ ਜੀ ਲਾਲਾ ਜੀ ਇਹਨਾਂ ਦੀ ਬੱਕਰੀਆਂ ਦੀ ਕਿਹੜੀ ਡਿਮਾਂਡ ਕੀਤੀ ਹੈ ਬਈ ਇਹਨਾਂ ਦੀ ਡਿਮਾਂਡ ਵੀ ਫਾਈਨਲ ਫਾਈਨਲ 35 ਹਜ਼ਾਰ ਫਾਈਨਲ ਫਾਈਨਲ ਅੱਜ ਬਈ ਲੁੱਟ ਲਓ ਮੌਜਾਂ ਸੇਲ ਆ ਦਿੱਤੀ ਹੈ 35 ਹਜ਼ਾਰ ਅੱਜ ਫਾਈਨਲ ਡਾ ਬੱਕਰੇ ਨੇ 35 ਹਜ਼ਾਰ ਪੁੱਠਾ ਫਾਈਨਲ ਡਿਮਾਂਡ ਹੈ ਅੱਜ ਮੰਦਾ ਪੈ ਗਿਆ ਹੈ ਕਿਉਂਕਿ ਸੜਕਾਂ ਜਾਮ ਨੇ ਹੜਤਾਲਾਂ ਨੇ ਜਿਹਦੀ ਵਜ੍ਹਾ ਤੋਂ ਗਾਹਕ ਬਾਹਰ ਕੋਲੋਂ ਘੱਟ ਆਉਂਦਾ ਪਿਆ ਹੈ ਮੰਡੀ ਦੇ ਵਿੱਚ ਤੇਜ਼ੀ ਕੋਈ ਨਹੀਂ ਫੁੱਲ ਮੰਦਾ ਪੈ ਗਿਆ ਬਈ ਵਾਲ ਮਾਰੇ ਦਾ ਲੱਭਦਾ ਪਿਆ ਮਾਲ ਵਾਰੇ ਦਾ ਬਿਲਕੁਲ ਲੱਭਦਾ ਪਿਆ ਜਿਨ੍ਹਾਂ ਦੋਸਤਾਂ ਨੇ ਖਰੀਦਦਾਰੀ ਕੋਈ ਨਹੀਂ ਕੀਤੀ ਉਹ ਚੌਕ ਆਜ਼ਮ ਦੀ ਮੰਡੀ ਦਾ ਲਾਜ਼ਮੀ ਵਿਜ਼ਿਟ ਕਰੋ ਮਾਸ਼ਾਅੱਲਾ ਜੀ ਬਹੁਤ ਸ਼ੁਕਰੀਆ ਜਨਾਬ ਅੱਗੇ ਚੱਲਦੇ ਹਾਂ ਇਹ ਲਾਟ ਦਾ ਕੀ ਮੰਗਿਆ ਬਈ ਅੱਜ ਸੱਜਣ 33 ਹਜ਼ਾਰ ਪੁੱਠਾ ਬਈ 33 ਹਜ਼ਾਰ ਅੱਜ ਪੁੱਠੇ ਦੀ ਡਿਮਾਂਡ ਹੈ 33 33 ਹਜ਼ਾਰ ਰੁਪਈਆ ਬਈ ਖੀਰੇ ਨੇ ਖੀਰੇ ਖੀਰੇ ਦਾਣੇ ਅੱਜ ਸਾਰੇ ਮਾਸ਼ਾਅੱਲਾ ਜੀ ਆ ਗਿਆ ਇੱਕ ਵਾਰੀ ਫਿਰ ਸਾਡਾ ਯਾਰ ਅਬਦੁਲ ਸ਼ਕੂਰ ਜ਼ਿੰਦਾਬਾਦ ਅੱਜ ਸੁਣਦੇ ਪਏ ਅਬਦੁਲ ਸ਼ਕੂਰ ਅੱਜ ਮੰਡੀ ਸਸਤੀ ਹੋ ਗਈ ਗਾਹਕ ਕੋਈ ਨਹੀਂ ਵਿਕ ਗਏ 8 ਬੱਕਰੇ ਮਾਸ਼ਾਅੱਲਾ ਜੀ ਵਿਕ ਗਏ ਅੱਜ ਅਬਦੁਲ ਸ਼ਕੂਰ 3 ਬਚੇ ਰਹਿ ਗਏ ਨੇ ਬਾਕੀ 8 ਬੱਕਰੇ ਅੱਜ ਵਿਕ ਗਏ ਨੇ ਮਾਸ਼ਾਅੱਲਾ ਜੀ ਇਹਨਾਂ ਦੀ ਕੀ ਡਿਮਾਂਡ ਕੀਤੀ ਅੱਜ ਬਈ 45 45 ਹਜ਼ਾਰ ਰੁਪਈਆ ਬਈ 45 45 ਹਜ਼ਾਰ ਰੁਪਈਆ ਬੱਕਰੇ ਚੈੱਕ ਕਰੋ ਖੀਰੇ ਨੇ ਖੀਰੇ ਤੋਹਫੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਉਧਰ ਹੀ ਚੈੱਕ ਕਰ ਮੌਲੀ ਦਾ ਅੱਜ ਕਾਬੂ ਹੈ ਕਾਬੂ ਹੈ ਬਈ ਕਾਬੂ ਅੱਜ ਕਾਬੂ ਕੀਤੀ ਪਈ ਹੈ ਮਾਸ਼ਾਅੱਲਾ ਜੀ ਇਹ ਹੁਣ ਡੀਲ ਇੱਕ ਚੱਲ ਰਹੀ ਹੈ ਦੇਖੋ ਬਈ ਕੀ ਸੂਰਤ ਹਾਲ ਬਣਦੀ ਹੈ ਡੀਲ ਦੀ ਕਸਮਾਂ ਚੱਕ ਚੱਕ ਕੇ ਮਾਲ ਵੇਚਣਾ ਪੈਂਦਾ ਇੱਥੇ